ਰਜਿੰਦਰਾ ਹਸਪੀਟਲ 'ਚ ਤਕਰੀਬਨ ਜਿਹੜੇ ਕੋਈ ਜੇ 100 ਬੰਦਾ ਜਾਂਦਾ ਉਹ ਤਾਂ 5 ਹੀ ਬਚ ਕੇ ਆਉਂਦੇ ਆ ਜਾਂ ਇੰਸ਼ੋਰੈਂਸ ਕੰਪਨੀ ਪੈਸਾ ਕਮਾ ਰਹੀ ਹੈ ਜਾਂ ਹਸਪਤਾਲ ਪੈਸਾ ਕਮਾ ਰਹੇ ਨੇ ਲੋਕ ਤਾਂ ਪਿਸ ਰਹੇ ਨੇ ਅਤੇ ਫਿਰ ਇਹ ਜਿਹਾ ਨਾਲੇ ਲੋਕ ਟੈਕਸ ਦੇਣ ਨਾਲੇ ਲੋਕਾਂ ਦਾ ਇਹ ਹਾਲ ਹੋਵੇ ਸਰਕਾਰ ਦੀ ਡਿਊਟੀ ਸਭ ਤੋਂ ਵੱਧ ਹੈ ਵੀ ਕੋਰੋਨਾ ਮਹਾਮਾਰੀ ਦੇ ਖਿਲਾਫ ਲੜਾਈ ਲੜੀ ਜਾਵੇ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਹੋਰ ਪਾਸੇ ਆ ਹੁਣ ਤਾਂ ਇਹ ਹਾਲ ਹੋ ਜਾਣੇ ਵੀ ਲੋਕ ਜੇ ਕੰਮ ਕਰਨਗੇ ਤਾਂ ਸਰਕਾਰ ਵਾਸਤੇ ਕੰਮ ਕਰਨਗੇ ਵੀ ਜਿੰਨਾ ਪੈਸਾ ਕਮਾਉਣਾ ਹੈ ਆਪਦੀ ਰੋਟੀ ਖਾ ਕੇ ਬਾਕੀ ਸਰਕਾਰ ਨੂੰ ਦੇ ਦਿਓ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਜੋ ਟਕਸਾਲੀ ਵਰਕਰ ਦੁਖੀ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਥਾਪਿਤ ਕੀਤਾ ਗਿਆ ਸਾਡਾ ਮੁੱਖ ਮਕਸਦ ਪਰੰਪਰਾਵਾਂ ਵਿਚਾਰਧਾਰਾਵਾਂ ਅਤੇ ਸਿਧਾਂਤਾਂ 'ਤੇ ਪਹਿਰਾ ਦੇਣਾ ਇਹ ਵਿਚਾਰ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਹਨ ਜਿਨ੍ਹਾਂ ਨੇ ਬੀਤੇ ਦਿਨੀ ਲਹਿਰਾ ਗਾਗਾ ਵਿਖੇ ਵੱਖ ਵੱਖ ਪਰਿਵਾਰਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਅਸੀਂ ਸੱਤਾ ਦੀ ਦੌੜ ਵਿੱਚ ਨਹੀਂ ਹਾਂ ਬਲਕਿ ਪੰਥਕ ਰਵਾਇਤਾਂ 'ਤੇ ਪਹਿਰਾ ਦਿੰਦਿਆਂ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਹਾਂ ਦੇਖੋ ਇਹ ਜੋ ਅਕਾਲੀ ਦਲ ਸਥਾਪਿਤ ਕੀਤਾ ਇਹ ਜੋ ਵਰਕਰ ਸੀ ਅਕਾਲੀ ਦਲ ਦੇ ਜੋ ਟਕਸਾਲੀ ਵਰਕਰ ਸੀਗੇ ਜਿਹੜੇ ਆਪਦੇ ਘਰਾਂ 'ਚ ਬੈਠੇ ਸੀ ਮਯੂਸ ਸੀ ਅਕਾਲੀ ਦਲ ਦੇ ਪ੍ਰਬੰਧ ਤੋਂ ਉਹਨਾਂ ਦੀਆਂ ਸਾਰੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕਿਉਂਕਿ ਸਾਰੇ ਚਾਹੁੰਦੇ ਸੀ ਵੀ ਢੀਂਡਸਾ ਸਾਹਿਬ ਅਤੇ ਪਰੰਪਰਾ ਸਾਹਿਬ ਇਕੱਠੇ ਹੋਣ ਇਹ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਹੈ ਅਤੇ ਸਾਡਾ ਇੱਕੋ ਹੀ ਉਦੇਸ਼ ਹੈ ਵੀ ਜੋ ਅਕਾਲੀ ਦਲ ਦੀਆਂ ਪਰੰਪਰਾਵਾਂ ਨੇ ਅਕਾਲੀ ਦਲ ਦੀ ਵਿਚਾਰਧਾਰਾ ਸਿਧਾਂਤ ਉਹਦੇ 'ਤੇ ਪਹਿਰਾ ਦੇਣਾ ਹੈਗਾ ਕੋਈ ਸਿਰਫ ਸੱਤਾ ਦੀ ਦੌੜ ਜਾਂ ਸੱਤਾ ਦੇ ਲਾਲਚ 'ਚ ਆ ਕੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਛੱਡਣਾ ਜੋ ਪਿਛਲੇ ਸਮੇਂ 'ਚ ਹੋਇਆ ਉਹ ਕੋਈ ਗੱਲ ਜਿਹੜੀ ਹੈ ਸਾਡੀ ਪਾਰਟੀ ਨਹੀਂ ਕਰੇਗੀ ਅਸੀਂ ਨਿਰੋਲ ਜੋ ਪੰਥਕ ਰਵਾਇਤਾਂ ਨੇ ਉਹਦੇ ਮੁਤਾਬਕ ਅਤੇ ਪੰਜਾਬ ਦੀ ਤਲੀ ਭਲੇ ਅਤੇ ਤਰੱਕੀ ਵਾਸਤੇ ਅਸੀਂ ਕੰਮ ਕਰਾਂਗੇ ਨਹੀਂ ਦੇਖੋ ਹਜੇ ਕੋਈ ਨਹੀਂ ਹਜੇ ਤਾਂ ਕਰੋਨਾ ਦੀ ਦੇਖੋ ਮਹਾਂਮਾਰੀ ਹੈ ਪਹਿਲਾਂ ਤਾਂ ਸਾਡੀ ਇਹੀ ਹੋਣੀ ਚਾਹੀਦੀ ਹੈ ਵੀ ਇਹ ਮਹਾਂਮਾਰੀ ਖਤਮ ਹੋਵੇ ਅਤੇ ਉਹ ਹਜੇ ਸਮਾਂ ਆਏਗਾ ਉਦੋਂ ਦੇਖਦੇ ਕੀ ਬਣਦਾ ਕਾਂਗਰਸ 'ਚ ਲਗਾਤਾਰ ਘਮਾਸਾਨ ਚੱਲ ਰਿਹਾ ਜਿਹੜੇ ਨਵਜੋਤ ਸਿੱਧੂ ਲਗਾਤਾਰ ਟਵੀਟ ਕਰ ਰਿਹਾ ਕੈਪਟਨ ਦੇ ਖਿਲਾਫ ਦੇਖੋ ਕਾਂਗਰਸ ਸਰਕਾਰ 'ਚ ਆਉਣ ਦੀ ਬਜਾਏ ਆਪਸੀ ਕੁਰਸੀ ਦੀ ਲੜਾਈ ਲੜ ਰਹੇ ਨੇ ਅੱਜ ਲੋਕਾਂ ਨੂੰ ਸਭ ਕੁਝ ਦਿਖ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਅੱਜ ਸਰਕਾਰ ਦੀ ਡਿਊਟੀ ਸਭ ਤੋਂ ਵੱਧ ਹੈ ਵੀ ਕੋਰੋਨਾ ਮਹਾਂਮਾਰੀ ਦੇ ਖਿਲਾਫ ਲੜਾਈ ਲੜੀ ਜਾਵੇ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਹੋਰ ਪਾਸੇ ਹੈ ਉਹਨਾਂ ਦਾ ਧਿਆਨ ਹੈ ਕਿਵੇਂ ਆਪਦੇ ਵਿਰੋਧੀਆਂ ਨੂੰ ਕਿਵੇਂ ਆਪਦੀ ਪਾਰਟੀ ਦੇ ਲੋਕਾਂ ਨੂੰ ਕਿਵੇਂ ਡਰਾਇਆ ਜਾਵੇ ਕਿਵੇਂ ਉਹਨਾਂ ਨੂੰ ਦਬਾਇਆ ਜਾਵੇ ਅਤੇ ਫਿਰ ਲੋਕਾਂ ਦੀ ਸਾਰ ਕਿਹਨੇ ਲੈਣੀ ਹੈ ਸੋ ਬਹੁਤ ਮੰਦਭਾਗੀ ਗੱਲ ਹੈ ਮੈਂ ਫਿਰ ਅਪੀਲ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਪ੍ਰਬੰਧ ਵੱਲ ਧਿਆਨ ਦੇਣ ਇਸ ਮਹਾਂਮਾਰੀ ਤੋਂ ਬੱਚੇ ਲੋਕਾਂ ਨੂੰ ਬਚਾਉਣ ਲਈ ਧਿਆਨ ਦੇਣ ਕਿਸਾਨੀ ਦਾ ਜੋ ਹਾਲ ਮੋਦੀ ਸਰਕਾਰ ਨੇ ਕੀਤਾ ਉਹਨੂੰ ਬਚਾਉਣ ਲਈ ਕੰਮ ਧਿਆਨ ਦੇਣ ਇਹ ਉਹਨਾਂ ਦੀ ਡਿਊਟੀਆਂ ਬਣਦੀਆਂ ਨਾ ਕਿ ਆਪਸੀ ਲੜਾਈ ਦੇ ਵਿੱਚ ਮੈਂ ਤਾਂ ਇਹੀ ਕਹਾਂਗਾ ਕੇਂਦਰ ਸਰਕਾਰ ਨੂੰ ਇਮੀਡੀਏਟਲੀ ਟੈਕਸ ਘਟਾਉਣੇ ਚਾਹੀਦੇ ਨੇ ਅਤੇ ਬੋਝ ਤਾਂ ਉਹਨਾਂ ਨੇ ਇੰਨਾ ਵਧਾ ਤਾ ਲੋਕਾਂ ਦੇ ਸਿਰ ਵੀ ਮੈਨੂੰ ਲੱਗਦਾ ਜੋ ਇੱਕ ਇੱਕ ਪੈਸਾ ਲੋਕਾਂ ਦੀ ਜੇਬ 'ਚ ਇਹਨਾਂ ਨੇ ਕੱਢ ਲੈਣਾ ਹੁਣ ਤਾਂ ਇਹ ਹਾਲ ਹੋ ਜਾਣੇ ਵੀ ਲੋਕ ਜੇ ਕੰਮ ਕਰਨਗੇ ਤਾਂ ਸਰਕਾਰ ਵਾਸਤੇ ਕੰਮ ਕਰਨਗੇ ਵੀ ਜਿੰਨਾ ਪੈਸਾ ਕਮਾਉਣਾ ਆਪਦੀ ਰੋਟੀ ਖਾ ਕੇ ਬਾਕੀ ਸਰਕਾਰ ਨੂੰ ਦੇ ਦਿਓ ਇੰਨੀ ਮਹਿੰਗਾਈ ਤਾਂ ਲੋਕਾਂ ਦੇ ਖਰਚੇ ਵੀ ਨਹੀਂ ਪੂਰੇ ਹੋ ਰਹੇ ਅਤੇ ਇਹਨਾਂ ਨੂੰ ਟੈਕਸ ਵਸੂਲੀ ਦੀ ਲੱਗੀ ਹੈ ਟੈਕਸ ਵਸੂਲੀ ਕਰ ਰਹੇ ਨੇ ਪਰ ਖਰਚ ਕਿੱਥੇ ਰਹੇ ਨੇ ਲੋਕ ਗਰੀਬ ਨੂੰ ਇਲਾਜ ਨਹੀਂ ਮਿਲ ਰਿਹਾ ਆਹ ਮੋਦੀ ਜੀ ਨੇ ਕਾਰਡ ਬਣਾਏ ਨੇ ਜਿਹੜੇ ਇਲਾਜ ਵਾਸਤੇ ਕੋਈ ਗਰੀਬ ਕੋਈ ਕਿਸੇ ਨੂੰ ਕਰੋਨਾ ਹੋਈ ਹੈ ਕੁਛ ਹੁੰਦੀ ਜਾਂਦਾ ਕੋਈ ਹਸਪਤਾਲ ਉਹਨੂੰ ਕਾਰਡ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਹਸਪਤਾਲ ਲੁੱਟ ਕਰ ਰਹੇ ਨੇ ਪ੍ਰਾਈਵੇਟ ਹਸਪਤਾਲ ਨੇ ਅਤੇ ਗਰੀਬ ਦੀ ਕੋਈ ਸਾਰ ਨਹੀਂ ਉਹ ਫਿਰ ਕਾਰਡ ਬਣਾਉਣ ਦਾ ਫਾਇਦਾ ਕੀ ਹੋਇਆ ਉਹ ਜਿਹੜਾ ਪੈਸਾ ਸਾਰਾ ਉਹ ਹਸਪਤਾਲ ਵਾਲੇ ਨੇ ਕਮਾਉਣਾ ਹੈਗਾ ਜਾਂ ਇੰਸ਼ੋਰੈਂਸ ਕੰਪਨੀ ਪੈਸਾ ਕਮਾ ਰਹੀ ਹੈ ਜਾਂ ਹਸਪਤਾਲ ਪੈਸਾ ਕਮਾ ਰਹੇ ਨੇ ਲੋਕ ਤਾਂ ਪਿਸ ਰਹੇ ਨੇ ਅਤੇ ਫਿਰ ਇਹ ਜਿਹਾ ਨਾਲੇ ਲੋਕ ਟੈਕਸ ਦੇਣ ਨਾਲੇ ਲੋਕਾਂ ਦਾ ਇਹ ਹਾਲ ਹੋਵੇ ਇਹ 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 ਗੱਲਾਂ ਜਿਹੜੀਆਂ ਨੇ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਨੇ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਅਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਕਰੂੰਗਾ ਵੀ ਲੋਕਾਂ ਦੀ ਸਾਰ ਲਓ ਅੱਜ ਲੋਕਾਂ ਨੂੰ ਲੋੜ ਹੈ ਸਰਕਾਰ ਦੀ ਉਹ ਤਾਂ ਹੱਸਵੀਣੀ ਗੱਲ ਹੈ ਵੈਕਸੀਨ ਹੈ ਨਹੀਂ 10 ਲੱਖ ਰੁਪਇਆ ਸਾਡੇ ਹੁਣ ਮੈਂ ਅੱਜ ਕਈ ਪਿੰਡਾਂ 'ਚ ਗਿਆ ਉਹ ਕਹਿੰਦੇ ਜੀ ਅਸੀਂ ਲਵਾਉਣ ਨੂੰ ਤਿਆਰ ਹਾਂ ਸਾਨੂੰ ਕੋਈ ਲਾ ਹੀ ਨਹੀਂ ਰਿਹਾ
जे कोई ला ही नहीं रहा तो फिर 10 लाख लोग तो सारे तैयार ने हुण लवाउण नूं, बहुत बहुते तैयार ने। सरकार नूं पहलां तां वैक्सीन चाहे इंपोर्ट करनी पैण, हैल्थ स्टेट सबजैक्ट है सारा कुछ, तुसीं केंद्र ते सिट के नहीं काम चला सकते। केंद्र दीआं तां नाकामियां है ही ने, पर जे तुसीं जे केंद्र ने नहीं कुछ कीता तुसीं सूबे ने नहीं कुछ करना। आखिर हैल्थ एक स्टेट सूबे का सबजैक्ट है, ये सूबे का अधिकार है, केंद्र तो पैसे दे सकती है। तो ये सारिया गल् सरकार एक दूजे पर पा के खड़ा चढ़ाने की कोशिश कर दी। सर करोना लैके संगरूर तो बड़ी समस्या जी आ रही है, लैवल 2 का जो हॉस्पिटल है वास्ते राजिंद्रा हॉस्पिटल भेजा जा रहा है, क्योंकि पिछले जे सुखदेव सिंह ढींसा वालों भी एम्पीलैंड के वेंटीलेटर दिए गए थे, क्यों नहीं इतने जो एडे बड़े हॉस्पिटलों के ऐलान किए गए पर फिर भी प्रॉपर यूज़ ही नहीं हो रही ना सूबे के हॉस्पिटल। तुम लहरे देख लो, मूणक देख लो, कोई सुविधा नहीं इतने हॉस्पिटल, प्रॉपर डॉक्टर जड़े नहीं इतने अवेलेबल नहीं है। तो जब तक बंदे पटियाले पहुँचता उद तक वैसे ही मर जाता है। पटियाले तो लास्ट रिजोर्ट च लोग जाते हैं, उदों तो बचते ही नहीं। तो ही अज तुसी देखो पटियाले जिहड़े राजिंद्रा हॉस्पिटल तकरीबन जिहड़े कोई जे 100 बंदा जाता तो 5 ही बच के आते हैं। उहदा कारण की है भी टर्शरी केयर जिहड़ी है साडी उह तहस नहस हो चुकी है। इत्थे छोटे शहरां च या डिस्ट्रिक्ट च फैसिलिटीज़ ही नहीं अवेलेबल। जे उरे अवेलेबल हुण क्यों जाना पवे लोगों नूं पटियाले, उत्थे जांदे ही बंदा इत्थों रस्ते च ही हालात बिगड़ जांदे लोगों दे। वेंटीलेटर तां सानूं जो दस्या गया सी भी असीं क्योंकि इहदी जिहड़ी टाइप 3 फैसिलिटीज़ दे विच वेंटीलेटर यूज़ हुंदे तां करके असीं पटियाले भेजे है। जो सानूं दस्या गया सी भी साडे कोल इत्थे कोई यूज़ करन वाला भी नहीं हैगा जिहड़ा बंदा वेंटीलेटर ओपरेट कर सके, सो उहदे करके उहनां ने भेजण दा बहाना बणाया। पर ओवरऑल देखो जो गल करिए सिस्टम ही सारा तहस नहस होया पे। नहीं देखो कोई सियासी नहीं सी, उन्होंने कुछ दिन पहला मिलन आना सी पर कोई चलो उन्होंने कोई मजबूरी होगी ना लेट हो गए, तो सिर्फ हाल चाल पता करना आना सी उन्होंने, होर कोई नहीं सी क्योंकि वो दोनों राज्यसभा के मैंबर ने उत्थे मिलते रहते हैं। हुण काफ़ी देर तो वो मिले नहीं सी उन्होंने, ढींसा साहब का उन्होंने पता चलिया भी थोड़ी जी सेहत विचों साजगार नहीं सी, उन्होंने फोन पर किया मैं जब चंडीगढ़ आऊँगा मिलूँगा, उन्होंने उस कारण मिलना है। कोई सियासी ये नहीं, उन्होंने आपकी पार्टी है, साड़ी जो सियासी राजनीति है वो उन्होंने कांग्रेस ने लड़ाई है, लड़ाई असं लड़ते रहेंगे, पर जो निजी रिलेशन होंगे वो तो इस तो उपर उठे होंगे। पंजाब की सियासत ते कांग्रेस विच पक रही खिचड़ी ते बोलदिया परमिंदर सिंह ढींसा ने कहा कि एक पासे कोरोना वायरस ने पूरी तरह तबाही मचाई हुई है, हस्पतालां दे विच कोई भी सहूलतां नहीं मिल रही, लहरा मानुक हस्पताल दे विच भी कोई सुविधा नहीं देखने मिली। इस दे नाल ढींसा ने कहा है कि लहरा मानुक हस्पताल दे विच भी कोई वधिया सुविधा उपलब्ध नहीं है, जदों मरीज़ पटियाला या फिर लुधियाना रैफर किया जाता उदों तक मरीज़ की हालत विगड़न कारण मरीज़ अक्सर दम तोड़ देंगे ने। इस दे लई जेकर सरकार ने लड़ाई लड़नी है तो हस्पतालों के सहूलत देन, ही असी इस जंग नूं जितण दे विच पूरी तरह सफल हो सकांगे, मरीजा की जान बच सकेगी। संगरूर तो अनिल जैन की रिपोर्ट। सबसक्राइब करो, बैल आइकन पर क्लिक करो। राजिंद्रा हॉस्पिटल च तकरीबन जेडे कोई जो 100 बंदा जाता तो 5 ही बच के आते हैं, या इंश्योरेंस कंपनी पैसा कमा रही है या हस्पताल पैसा कमा रहे हैं, लोग तो पिस रहे हैं। तो फिर यह नाले लोग टैक्स देन, नाले लोगों का यह हाल होवे। सरकार की ड्यूटी सब तो वध है भी करोना महामारी के खिलाफ लड़ाई लड़ी जाए, तो कैप्टन अमरिंदर सिंह का ध्यान होर पासे है। हुण तां इह हाल हो जाणा है भी लोग जे कम करनगे तां सरकार वास्ते कम करनगे, भी जिन्ना पैसा कमाउणा है आपदी रोटी खा के बाकी सरकार नूं दे दो।